बिस्मिल्लाहिर्रहमानिर्रहीम अस्सलाम वालेकुम मेरे भाई भाइयों और अदन दी सुखी शादो बाद रखी जेड़ा अपना चैनल मेरा भी है ब्लॉग पे सब्सक्राइब नहीं कीता उन सब्सक्राइब करो जे बेल आइकन दा बटन जरूर प्रेस करो ताकि हर वीडियो नोटिफिकेशन मेरे भाई भाइयों तक बहुत पहुंचदा रहे। अच्छा जी आज की वीडियो इस तरह दी है जी शाम दे खाने दा टाइम हो गया शाम दा खाना भी तैयार करदे हैं ते हनान दा फोन उठे ओ आए काम उठ गए हुए कि जे मेरा आया सी तो मैं कहा जी आप जरूर भेजियो ਅਤੇ ਨਾਲੇ ਪਾਣੀ ਵੀ ਖਤਮ ਹੋਇਆ ਹੋਇਆ ਅਤੇ ਨਾਲੇ ਨਾ ਘਰ ਪਾਉਣ ਵਾਸਤੇ ਕੋਈ ਚੀਜ਼ ਨਾ ਧਿਆਨ ਦੇਵੇ ਕਿ ਲੋਕ ਸ਼ਾਮ ਦੇ ਖਾਣੇ ਵਿੱਚ ਨਾ ਤਿਆਰ ਕਰ ਲਈ। ਅਤੇ ਅੱਛਾ ਜੀ ਮੈਂ ਉਦੋਂ ਮੰਮਾ ਦਾ ਨਿਸ਼ਚਾ ਅਤੇ ਨਾਇਬ ਆਤਮਾ ਦਾ ਵੀ ਅੱਜ ਹੈਗੀ ਜੀ ਮੇਰਾ ਸਦਕਾ ਵੀ ਨਾ ਦੇਖ ਪਾਣੀ ਦੇਖ ਕੇ ਉਹਨਾਂ ਨੂੰ ਉਹ ਵੀ ਲੈ ਕੇ ਆਇਆ ਉਹ ਵੀ ਸਿੱਖੇ ਉਹਨੇ ਨਾਲੇ ਫਿਰ ਨਾਲੇ ਆਪਣੇ ਭੈਣ ਭਾਈਆਂ ਨੂੰ ਬਾਹਰ ਤਾਂ ਅੰਜਾ ਨਾਲ ਰੱਖ ਕੇ ਨਾਲੇ ਤੁਸੀਂ ਹਾਂਡੀ ਪਕਾਓ ਹਾਂਜੀ ਅਤੇ ਮੈਂ ਭਾਅ ਜੀ ਪਾਣੀ ਭਰ ਭਰ ਲੈਣਾ। ਚਲੋ ਪਾਣੀ ਲੈ ਆਓ ਨਾ ਪਾਣੀ ਲੈ ਕੇ ਆ ਕੇ ਮੁੜ ਕੇ ਜਾਂਦੇ ਹਾਂ ਪਾਣੀ ਲੈ ਆਓ ਕਹਿੰਦੇ ਸਭ ਤੋਂ ਪਹਿਲੇ ਮੈਂ ਦਿਖਾਉਂਦੀ ਹਾਂ ਆਪਣੇ ਭੈਣ ਭਾਈਆਂ ਨੂੰ ਦੇਖੋ ਜੀ ਲੈ ਕੇ ਆਏ ਆ ਮਿੱਠੇ ਕਿਉਂਕਿ ਮੌਸਮ ਜਿਹੜੀ ਆ ਕਾਫ਼ੀ ਇਹਨਾਂ ਨੂੰ ਹੁੰਦੀ ਆ ਵੀ ਬੁਖਾਰ ਨਜ਼ਲੇ ਜ਼ੁਕਾਮ ਦੀ ਇਹਦੇ ਮਿੱਠਾ ਜਿਹੜਾ ਮਿੱਠਾ ਇਹ ਕਨੈਨ ਹੁੰਦੀ ਕਨੈਨ ਅਤੇ ਇਹ ਜਿਹੜੇ ਮਿੱਠੇ ਜਿਹੜੇ ਅੱਜ ਕੱਲ੍ਹ ਦੇ ਮੌਸਮ ਵਿੱਚ ਖਾਣੇ ਆ ਨਾ ਬਹੁਤ ਅੱਛੇ ਨਾ ਫਤਮਾ ਨਾ ਕਰ ਟੋਕਰੀਆਂ ਖਿਲਾ ਦਿੰਦੇ ਮੱਖੀ ਦਾ ਮੌਸਮ ਤਿਆਰ ਕੋਈ ਬਿਮਾਰ ਹੁੰਦਿਆਂ ਮੌਸਮ ਵੀ ਨਾਲੇ ਨਾ ਚੇਂਜ ਹੋ ਰਿਹਾ ਵਾ ਅਨਾਇਤ ਮਛਲਾ ਖੁਦ ਖਾ ਲੈਂਦੀ ਹੈ ਤੇ ਦਾਨਿਸ਼ ਨਹੀਂ ਖਾਂਦਾ ਮੇਰੇ ਭੈਣ ਭਈਆ ਦਾਨਿਸ਼ ਨਾ ਪਰ ਬਿਟਾ ਨਾ ਇਹ ਨਹੀਂ ਨਾ ਸੋਨਾ ਮੇਰੇ ਭੈਣ ਭਈਆ ਮੈਨੂੰ ਤੰਗ ਬਹੁਤ ਕਰਦਾ ਅੱਛਾ ਜੀ ਪਕਾਉਣੇ ਦੇ ਖਾਣੇ ਵਿੱਚ ਲੈ ਪਾਉਣੀ ਚਾਹੀਦੀ ਹੈ ਅੱਛਾ ਪੀਲੀ ਬਾਲਟੀ ਵੀ ਸਿਰ ਤੇ ਲਾ ਜਾਂਦੀ ਹੈ ਮੈਂ ਇਹ ਲੱਗਦਾ ਵੀ ਸਿਰ ਫਸ ਜੂਗਾ ਵਿੱਚ ਅੰਮੀ ਅੱਧਾ ਦਿਓ ਨਾ ਜ਼ਿਆਦਾ ਖਰਾਬ ਕਰੂ ਨਾ ਤੇ ਸ਼ਬਾਈ ਦੇਖੀ ਅੰਦਰ ਕੀ ਕਰਨ ਦਿਆ ਅਲੇ ਨਾ ਨਾ ਤੇ ਦਾਨਿਸ਼ ਨੂੰ ਪਾ ਬਾਈ ਨੂੰ ਬਾਹਰ ਕੱਢ ਕੇ ਨਾ ਦਾਨਿਸ਼ ਨੂੰ ਦਰਵਾਜ਼ਾ ਲਾ ਦਿਓ। ਅੱਛਾ ਜੀ ਪਕਾਉਣੇ ਵਾਸਤੇ ਲੈ ਕੇ ਆਇਆ ਅੱਜ ਆਲੂ ਔਰ ਮਟਰ ਮਟਰ ਨਵੇਂ ਖਾਉਣ ਲੱਗੇ ਸਾਡੇ ਅੱਜ ਮਟਰ ਮੈਨੂੰ ਲੱਗਦਾ ਇੱਧਰ ਫਸਲ ਬੀਜੀ ਹੋਊਗੀ ਮਟਰਾਂ ਦੀ ਜਿਹੜੇ ਮਟਰ ਆਏ ਆ ਨਵੇਂ 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 ਜਿਹੜੇ ਚੱਲਦੇ ਚੱਲਦੇ ਮਟਰ ਜਿਹੜੇ ਮਹਿੰਗੇ ਹੁੰਦੇ ਆ ਅਤੇ ਆਲੂਆਂ ਨੂੰ ਅਤੇ ਮਟਰਾਂ ਨੂੰ ਕੱਢ ਲੈਂਦੀ ਹਾਂ ਆਲੂ ਧੋ ਲੈਂਦੇ ਹਾਂ ਜਲਦੀ ਸਬਜ਼ੀ ਜਿਹੜੀ ਉਹਨੂੰ ਸਬਜ਼ੀ ਨੂੰ ਤਿਆਰ ਕਰਦੇ ਹਾਂ ਤਿਆਰ ਕਰਕੇ ਅਤੇ ਫਿਰ ਛੱਲਾ ਨਾਲ ਬਣਾਉਂਦੇ ਹਾਂ ਨਾਲ ਆਪਣੇ ਭੈਣ ਭਾਈਆਂ ਨੂੰ ਸ਼ੇਅਰ ਕਰਦੇ ਹਾਂ ਅਤੇ ਮੇਰੇ ਭੈਣ ਭਾਈ ਜੋ ਹਸਰਤ ਹੁੰਦੀ ਆ ਜੋ ਹਿੰਮਤ ਹੁੰਦੀ ਆ ਜੋ ਗੁਜ਼ਾਰਿਸ਼ ਹੁੰਦੀ ਆ ਅਗਲਾ ਪਾ ਹਾਂਜੀ ਹਾਂਜੀ ਹੋਰ ਹੋਰ ਲੈਣਾ ਹਾਂਜੀ ਹੋਰ ਲੈਣਾ ਅੱਛਾ ਮੈਂ ਖਾਣਾ ਹੁਣ ਮਰੀਮ ਨੇ ਖਾਣਾ ਮਾਮੀ ਕੇਲਾ ਖਾਣੀ ਨਾ ਤੂੰ ਮੈਂ ਮਾਮੀ ਖਾਣਾ ਖਾ ਲਾ ਲਾਇਆ ਮਾਮੀ ਖਾ ਲਾ ਮਾਮੀ ਖਾ ਲਾ ਖਾ ਲਾ ਮਜ਼ਾ ਆ ਗਿਆ ਮੈਨੂੰ ਦੇਣ ਦਈ ਤੁਹਾਨੂੰ ਨੀ ਪਤਾ ਦੇ ਦੋ ਸਾਰੀ ਸਬਜ਼ੀ ਕੱਢ ਕੇ ਸਾਰੀ ਤਿਆਰ ਕਰ ਲਵਾਂ ਕਰਕੇ ਫਿਰ ਮੈਂ ਆਪਣੇ ਭੈਣ ਭਾਈਆਂ ਦੇ ਨਾਲ
ਪਕਾਉਣੀ ਆ ਖਾਣੀ ਆ ਨਾਲ ਖਾਣਾ ਤਾਂ ਹੈ ਹੀ ਆ ਨਾਲ ਤਿਆਰ ਕਰਦੀ ਹਾਂ ਲੈ ਜਾਂਦੀ ਪਾਣੀ ਲੈ ਕੇ ਅੱਜ ਮੈਂ ਆਪਣੇ ਭੈਣ ਭਾਈਆਂ ਨੂੰ ਬਾਹਰ ਦਾ ਵਿਊ ਵੀ ਨਾ ਫਿਰ ਘੁੰਮ ਕੇ ਦਿਖਾਉਂਗੀ ਸਬਜ਼ੀ ਮੈਂ ਸਾਰੀ ਤਿਆਰ ਕਰ ਦਿੱਤੀ ਸੀ ਮਟਰ ਆਲੂ ਨੇ ਲਸਣ ਧਨੀਆ ਟਮਾਟਰ ਮਿਕਸਚਰ ਧੋਕ ਲਿਆ ਦੇ ਨਾਇਆ ਫਾਤਮਾ ਦਾ ਅਤੇ ਨੱਦ ਇਹ ਰਸਾਇਆ ਦੇ ਨਾ ਛਿਲਕੇ ਪਾ ਕੇ ਆਈਆਂ ਬੇਜਵਾਨਾਂ ਨੂੰ ਮੈਂ ਕਿਹਾ ਬਾਹਰ ਗੁਰੂ ਸੀਗੇ ਚਲੋ ਉੱਥੇ ਪਾ ਦਿੰਦੇ ਅੱਗੇ ਤਾਂ ਬੱਕਰੀ ਹੁੰਦੀ ਸੀ ਅਤੇ ਬੱਕਰੀ ਨੂੰ ਪਾ ਦਈਏ ਸੀਗੇ ਫਿਰ ਉਹ ਪਾ ਕੇ ਆਈਆਂ ਅਤੇ ਹੁਣ ਆ ਗਈਆਂ ਘਰ ਅਤੇ ਜਿਹਦੀ ਖਾਣਾ ਬਣਾ ਕੇ ਅਤੇ ਮੈਂ ਜਾਊਂਗੀ ਅਤੇ ਫਿਰ ਇਨਸ਼ਾ ਅੱਲਾਹ ਮੈਂ ਗਈ ਹਾਂ। ਅੱਛਾ ਜੀ ਹੁਣ ਮੈਂ ਕੋਲ ਚੁੱਲ੍ਹੇ 'ਤੇ ਆ ਗਈ ਹਾਂ ਜਲਦੀ ਦੀ ਵਿੱਚ ਥੋੜ੍ਹਾ ਜਿਹਾ ਘੀ ਮਿਕਸ ਕਰਦੀ ਹਾਂ ਘੀ ਮਿਕਸ ਕਰਦੀ ਹਾਂ ਨਾ ਇੱਧਰ ਨੂੰ ਹੋ ਜੀ ਇੱਧਰ 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 ਖੜ੍ਹੇ ਹੋ ਇੱਧਰ ਖੜ੍ਹੇ ਹੋ ਜੀ ਪੱਖੀ ਕੋਲ ਰੱਖੀ ਹੈ ਪੱਖੀ ਦੇ ਕੀ ਹੈ ਇੱਥੇ ਦੇਖੋ ਪੱਖਾ ਚਲਾ ਰਹੀ ਹੈ ਸੁੱਚ ਕੱਢ ਕੇ ਪੱਖਾ ਚਲਾਉਣ ਡਈ ਆ ਮੇਰੇ ਭੈਣ ਬਾਈ ਦੇਖੋ ਪੱਖਾ ਚਲਾਉਣ ਡਈ ਆ ਇੰਨੇ ਪੰਗੇ ਲੈਂਦੀ ਨਾ ਫਾਰੂ ਬਹੁਤ ਜ਼ਿਆਦਾ ਆਵਾਂ ਉੱਠ ਕੇ ਅਤੇ ਹੁਣ ਘੀ ਵਿੱਚ ਪਾ ਤਾ ਕੜਾਹੀ ਦੇ ਅਤੇ ਜਲਦੀ ਜਲਦੀ ਘੀ ਹੋ ਜਾਂਦਾ ਵਾ ਗਰਮ ਅੱਛਾ ਜੀ ਹੁਣ ਘੀ ਗਰਮ ਹੋ ਜਾਂਦਾ ਵਾ ਅਤੇ ਲਸਣ ਦਾ ਪੇਸਟ ਜਿਹੜਾ ਵਾ ਉਹਨਾਂ 'ਚ ਫਿਰ ਜਲਦੀ ਜਲਦੀ ਉਹ ਤਿਆਰ ਕਰ ਲੈਂਦੀ ਪੱਖੀ ਮੈਂ ਹੋਰ ਰੱਖੀ ਹੁੰਦੀ ਹੈ ਪੱਖੀ ਦੇ ਨਾਲ ਮੈਂ ਹਵਾ 'ਚ ਲੈਣੀ ਹੁੰਦੀ ਹੈ ਅਤੇ ਫਿਰ ਮੈਂ ਕੰਮ ਕਰਨਾ ਹੁੰਦਾ ਵਾ ਕਿਉਂਕਿ ਮੈਨੂੰ ਮੱਖੀ ਤਾਂ ਬਹੁਤ ਆਵਾਜ਼ਾਰੀ ਛੱਡਦੀ ਹੈ ਮੇਰੇ ਭੈਣ ਬਈ ਦੁਆ ਕਰਨ ਅੱਲਾ ਤਾਲਾ ਜਲਦੀ ਜਲਦੀ ਮੇਰਾ ਘਰ ਤਿਆਰ ਕਰ ਦੇਵੇ ਮੈਂ ਆਪਣੇ ਘਰ ਚੱਲ ਜਾਵਾਂ ਇਨਸ਼ਾ ਅੱਲਾ ਜ਼ਰੂਰ ਲਸਣ ਦਾ ਪੇਸਟ ਹੁਣ ਮੈਂ ਪਾਪਾ ਵਿੱਚ ਹੁਣ ਲਸਣ ਦਾ ਪੇਸਟ ਤਿਆਰ ਕਰਦੀ ਘੀ ਵੀ ਗਰਮ ਹੋ ਜਾਂਦਾ ਜੀ ਅਤੇ ਨਾਇਆ ਫਾਤਮਾ ਕਹਿੰਦੀ ਹੈ ਮੈਂ ਪੱਖਾ ਲਾ ਕੇ ਆਵਾਂ ਸੋਚੀ ਪਰ ਅੱਗ ਜਲਣ ਦੇਣੀ ਹੈ ਨਾ ਨਾਇਆ ਫਾਤਮਾ ਪੱਖੇ ਪਰ ਅੱਗ ਜਲਣ ਦੇਣੀ ਕਦੇ ਨਹੀਂ ਇਹ ਪੱਖੇ ਨੇ ਅੱਗ ਜਲਣ ਦੇਣੀ ਜਲਦੀ ਲਸਣ ਦਾ ਪੇਸਟ ਮੈਂ ਤਿਆਰ ਕਰ ਲੈਣੀ ਕਰਕੇ ਲਸਣ ਦਾ ਪੇਸਟ ਵੀ ਤਿਆਰ ਕਰੀ ਜਾਂਦੀ ਸੀ ਘੀ ਹੋ ਗਿਆ ਗਰਮ ਪਾਣੀ ਲਿਆਂਦਾ ਪਾਣੀ ਦੇ ਉੱਪਰ ਟੋਕ ਵੀ ਦੇ ਦੇਣੀ ਪਿਆਜ਼ ਜਿਹੜੇ ਥੋੜ੍ਹੇ ਜਿਹੇ ਗੋਲਡਨ ਬਰਾਊਨ ਹੋ ਜਾਂਦੇ ਅੰਮੀ ਨਾਇਆ ਫਾਤਮਾ ਦੇਖੋ ਪਿੱਛੇ ਪੰਖੇ ਦੇ ਨਾਲ ਝੂਟੇ ਲੈ ਰਹੀ ਨਾਇਆ ਫਾਤਮਾ ਇਹ ਪੀਂਗਾ ਇਹ ਪੀਂਗਾ ਭਲਾ ਤੂੰ ਕਿਉਂ ਪੰਗੇ ਲੈਂਦੀ ਆ ਕਿਉਂ ਪੰਗੇ ਲੈਂਦੀ ਤੂੰ ਮੈਨੂੰ ਪਹਿਲਾਂ ਦੱਸ ਲਾਇਲਾ ਸੁਣਾ ਦਿਓ ਚਲੋ ਲਾਇਲਾ ਲਾਇਲਾ ਸੁਣਾਓ ਲਾਇਲਾ ਵੀ ਦੇਖੋ ਭਾਈ ਨੂੰ ਧੱਕੇ ਲਾਇਲਾ ਸੁਣਾਓ ਦਾਨਿਸ਼ ਨੂੰ ਧੱਕੇ ਦੇ ਰਹੀ ਤੂੰ ਨਾ ਲੱਗ ਹਾਂ ਨਹੀਂ ਲਾਇਲਾ ਸੁਣਾਓ ਅੱਛਾ ਜੀ ਲਸਣ ਦਾ ਪੇਸਟ ਹੋ ਗਿਆ ਤਿਆਰ ਪਿਆਜ਼ ਹੋ ਗਏ ਸੀ ਗੋਲਡਨ ਬਰਾਊਨ ਲਸਣ ਦਾ ਪੇਸਟ ਵਿੱਚ ਮਿਕਸ ਕਰ ਦਿੱਤਾ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋ ਜਾਂਦਾ ਫਿਰ ਮਸਾਲੇ ਜਿਹੜੇ ਨਾ ਸਾਰੇ ਐਡ ਕਰ ਦਿੰਦੇ ਅੱਛਾ ਜੀ ਮੈਂ ਟਮਾਟਰ ਵੀ ਵਿੱਚ ਮਿਕਸ ਕਰ ਦਿੱਤਾ ਵਾ ਅਤੇ ਹੁਣ ਲੱਗੀ ਹਾਂ ਮੈਂ ਮਿਕਸ ਕਰਨ ਨਮਕ ਰੈੱਡ ਮਿਰਚ ਹਲਦੀ ਦਾ ਪਾਊਡਰ ਇਸ ਤਰ੍ਹਾਂ ਮਸਾਲੇ ਦੀ ਦੋ ਤੋਂ ਤਿੰਨ ਮਿੰਟ ਬਣਾਈ ਕਰਦੀ ਹਾਂ ਥੋੜ੍ਹਾ ਜਿਹਾ ਵਿੱਚ ਮਿਕਸ ਕਰ ਦਿੰਦੀ ਮੈਂ ਪਾਣੀ ਮਸਾਲਾ ਅੱਛੀ ਤਰ੍ਹਾਂ ਫਰਾਈ ਹੋ ਜਾਂਦਾ ਵਾ ਅੱਛਾ ਜੀ ਮਸਾਲਾ ਅੱਛੀ ਤਰ੍ਹਾਂ ਫਰਾਈ ਹੋ ਚੁੱਕਾ ਵਿੱਚ ਮਿਕਸ ਲੱਗੀ ਹਾਂ ਮਟਰ ਔਰ ਆਲੂ ਮਿਕਸ ਕਰਕੇ ਹੁਣ ਦੋ ਤੋਂ ਤਿੰਨ ਮਿੰਟ ਇਹਨਾਂ ਦੀ
ਚਰਮ ਬਣਾਈ ਕਰਦੀ ਹਾਂ ਅਤੇ ਪਾਣੀ ਮਿਕਸ ਕਰ ਦਿੰਦੀ ਥੋੜ੍ਹਾ ਜਿਹਾ, ਜਲਦੀ ਜਲਦੀ ਖਾਣਾ ਬਣ ਕੇ ਤਿਆਰ ਹੋ ਜਾਵੇ। ਧਨੀਆ ਮੈਂ ਕੱਟ ਕੇ ਰੱਖ ਦਿੱਤਾ ਅਤੇ ਹਾਂਜੀ ਬਣ ਜਾਂਦੀ ਹੈ ਜਲਦੀ ਫਿਰ ਨਾ। ਮਾਸ਼ਾਅੱਲਾ ਖਾਣੇ ਦੇ ਆਲੂ ਮਟਰਾਂ ਦੀ ਅੱਛੀ ਤਰ੍ਹਾਂ ਬਣਾਈ ਹੋ ਚੁੱਕੀ ਹੈ। ਆਲੂ ਮਟਰਾਂ ਨੂੰ ਘੇ ਛੱਡ ਦਿੱਤਾ ਵਾ, ਹੁਣ ਮਿਕਸ ਕਰਦੀ ਹਾਂ ਵਿੱਚ ਪਾਣੀ। ਅੱਛਾ ਜੀ, ਮਾਸ਼ਾਅੱਲਾ ਖਾਣਾ ਬਣਾ ਕੇ ਜਿਹੜਾ ਦਾਣੇ ਦਾ ਕੰਮ ਕਰਨਾ ਸੀ ਉਹ ਅਸੀਂ ਦਾਦੀ ਪੋਤਾ ਰਾਜ ਕਰ ਆਏ ਹਾਂ ਕਰਕੇ, ਅਤੇ ਫਿਰ ਅਸੀਂ ਆ ਗਏ ਹੁਣ ਪਲਾਟ 'ਤੇ। ਅਤੇ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਪਾਕ ਦਾ ਬੜਾ ਸ਼ੁਕਰ ਆ, ਬੜਾ ਹੀ ਸ਼ੁਕਰ ਆ ਮੇਰੇ ਮਾਲਕ ਦਾ, ਮੇਰੇ ਭੈਣਾਂ ਦਾ ਵੀ ਸ਼ੁਕਰੀਆ, ਜਿੰਨੀ ਮੈਂ ਯੂਟਿਊਬ ਫੈਮਿਲੀ ਸਭ ਦਾ ਸ਼ੁਕਰੀਆ। ਦੇਖੋ ਇਸ ਤਰ੍ਹਾਂ ਵੀ ਦੁਆਰ ਹੋ ਚੁੱਕੀ ਆ, ਇਸ ਤਰ੍ਹਾਂ ਵੀ ਹੋ ਗਈ ਆ, ਇੱਧਰ ਵੀ ਹੋ ਗਈ ਆ, ਹਾਂਜੀ ਉਹਦੇ ਤਿੰਨ ਵਾਰ ਰਹਿ ਗਏ ਵੀ, ਅਤੇ ਹਜੇ ਛੋਟੀ ਹੋਈ ਆ ਦੁਆਰ, ਅਤੇ ਹਾਂਜੀ ਕਿਉਂਕਿ ਇੱਟਾਂ ਨਹੀਂ ਹਜੇ ਆਈਆਂ ਹੈਗੀਆਂ, ਅਤੇ ਫਿਰ ਇੱਟਾਂ ਆਉਣਗੀਆਂ ਅਤੇ ਇਨਸ਼ਾਅੱਲਾ ਫਿਰ ਜਿਹੜਾ ਕੱਲ੍ਹ ਹਾਂਜੀ ਸੁਬਹ ਨੂੰ ਜੁਮਾ ਵਾ, ਅਤੇ ਸੁਬਹਾ ਮੈਨੂੰ ਲੱਗਦਾ ਵੀ ਡੇਟ ਹੈ ਨਹੀਂ ਵੀ ਕੰਮ ਕਿੱਦਾਂ ਬਹੁਤ ਜਲਦੀ ਅਸੀਂ ਆਪਣੇ ਘਰ ਆ ਜਾਣਾ। ਤੇ ਅੱਛਾ ਜੀ ਭੈਣ ਬਈ ਦੋ ਦਿਨ ਹੋ ਗਏ ਮਗਰ ਲੱਗੇ ਹੋਏ, ਉੱਥੇ ਬਾਰਿਸ਼ਾਂ ਹੋ ਕੇ ਹਟੀਆਂ ਵਾ, ਇੱਟ ਮਿਲਣ ਨਹੀਂ ਦੇਈ, ਇੱਟ ਮਿਲਦੀ ਨਹੀਂ ਪਈ ਹੈਗੀ, ਅਵਲ ਨਹੀਂ ਮਿਲਣ ਦੇਈ, ਲੋਕਾਂ ਦੇ ਪੱਠੇ ਪੈ ਗਏ, ਹੁਣ ਆ ਸਾਹਮਣੇ ਆਪਣਾ ਨਾਲ ਦਾ ਪੱਠਾ ਬੈਠਾ ਨਹੀਂ ਪਿਆ, ਸਾਰੀ ਕੱਚੀ ਇੱਟ ਕੱਟ ਕੱਟ ਗਿਆ, ਸਾਰਾ ਕਚਰਾ ਲਿਆ ਸਿੱਟਣ ਲੱਗੇ। ਤੇ ਅੱਛਾ ਜੀ ਇੱਥੇ ਪੈਂਦੇ ਆ ਚਾਰ ਪਾਈਆਂ, ਇੱਦਾਂ ਦੋ ਚਾਰ ਪਾਈਆਂ ਡਾਈਆਂ ਹੋਈਆਂ, ਇੱਕ ਬੈਡਰੂਮ ਲਾਇਆ ਹੋਇਆ, ਬੈਡਰੂਮ ਨਾ ਬੈੱਡ ਲਾਇਆ ਹੋਇਆ, ਬੈੱਡ ਲਾਇਆ ਹੋਇਆ, ਸੋਰੀ ਖੈਰ ਮੂੰਹ 'ਚ ਗਲਤੀ ਨਾਲ ਨਿਕਲੀ ਜਾਂਦਾ। ਅਤੇ ਅੱਛਾ ਜੀ ਮੇਰੇ ਭੈਣ ਬਾਈ ਇਸ ਸਾਡੀ ਆਈ ਦੀ ਵੀਡੀਓ, ਅਗਰ ਜੇ ਮੇਰੇ ਭੈਣ ਬਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬੋਕਸ ਸਾਨੂੰ ਜ਼ਰੂਰ ਦੱਸੀ, ਆਪਣੀਆਂ ਦੁਆਵਾਂ ਸਨ ਬੋਏ ਯਾਦ ਰੱਖਿਓ, ਅਸੀਂ ਵੀ ਆਪਣੇ ਭੈਣ ਬਾਈਆਂ ਨੂੰ ਹਰ ਟਾਈਮ ਯਾਦ ਰੱਖਦੇ, ਅੱਲਾ ਪਾਕ ਮੇਰੇ ਭੈਣ ਬਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰਾਂ ਨੂੰ ਸ਼ਿਫਾ ਦੇਵੇ, ਜੇ ਬੇਰੁਜ਼ਗਾਰ ਆ ਰਹੇ ਰੋਜ਼ਰਸੀ ਲੈ ਦੇਵੇ, ਜੇ ਬਿਮਾਰ ਤਾਂ ਨਹੀਂ ਖੁਸ਼ਹਾਲੀਆਂ ਉਧਾਰ ਦੇਵੇ, ਜੇ ਬਿਮਾਰਾਂ ਦਾ ਕੰਮ ਛਪਾ ਦੇਵੇ ਤਾਂ ਸਭ ਨੂੰ ਰਿਜ਼ਕੀ ਹਿਲਾ ਦੇਵੇ। ਆਮੀ ਆਮੀ ਸਮਾਨ ਮੈਂ ਜਿੰਨੀ ਵੀ ਯੂਟਿਊਬ ਫੈਮਿਲੀ ਮੈਨੂੰ ਦੇਖਦੀ ਆ ਉਹਨਾਂ ਦਾ ਦਿਲ ਤੋਂ ਸ਼ੁਕਰੀਆ। ਅਤੇ ਅੱਛਾ ਜੀ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼।